ਵੀ ਅਕਾਲ ਚਿੰਨ ਇੱਥੇ ਪਹੁੰਚਿਆ ਅਤੇ ਇਹਨਾਂ ਦੇ ਸੰਯੋਗ ਨਾਲ ਬਾਹਰਲੀਆਂ ਸੰਗਤਾਂ ਦੇ ਸੰਯੋਗ ਨਾਲ ਵੀ ਜਿਹੜਾ ਸਾਡੇ ਘਰ ਦਾ ਵੀ ਲੈਂਟਰ ਅੱਜ ਪੈ ਗਿਆ। ਇਹਨਾਂ ਦਾ ਇੰਨਾ ਧੰਨਵਾਦ ਕਰਦੇ ਹਾਂ ਵੀ ਅਸੀਂ ਰੋਮ ਰੋਮ ਜਾਣ ਕੇ ਵੀ ਅਸੀਂ ਇਹਨਾਂ ਦੇ ਪੇਰੀ ਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਮਿਹਰ ਸਦਕਾ ਯੂਕੇ ਅਤੇ ਯੂਰਪ ਦੀਆਂ ਸਾਰੀਆਂ ਸੰਗਤਾਂ ਦੇ ਉੱਦਮ ਉਪਰਾਲੇ ਅਤੇ ਸੇਵਾਵਾਂ ਦੇ ਨਾਲ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਅਕਾਲ ਚੈਨਲ ਰਾਹੀਂ ਸਰਦਾਰ ਬਿੱਕਰ ਸਿੰਘ ਚੱਕ ਭੰਡਾਲਾ ਦੇ ਘਰ ਦੀ ਸੇਵਾ ਕਰਵਾਈ ਗਈ ਸੀ, ਜੋ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਜਿਹੜਾ ਹੜ੍ਹ ਆਇਆ ਸੀ ਔਰ ਹੜ੍ਹ ਪ੍ਰਭਾਵਿਤ ਇਲਾਕਾ ਜਿਹੜਾ ਸਭ ਤੋਂ ਜ਼ਿਆਦਾ ਇਹ ਇਲਾਕਾ ਜਿਹੜਾ ਲੋਹੀਆਂ ਖਾਸ ਪੈਂਦਾ, ਇੱਥੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਸੀਗੇ, ਬਹੁਤ ਸਾਰੇ ਇਹੋ ਜਿਹੇ ਘਰ ਸੀਗੇ ਜਿਹੜੇ ਬੇਘਰ ਹੋ ਗਏ ਸੀ, ਖਾਣ ਨੂੰ ਅੰਨ ਤੱਕ ਨਹੀਂ ਰਿਹਾ ਸੀ ਅਤੇ ਉਸ ਥਾਵਾਂ 'ਤੇ ਪਹੁੰਚ ਕੇ ਉਹਨ ਪਰਿਵਾਰਾਂ ਤੱਕ ਪਹੁੰਚ ਕੇ ਅਕਾਲ ਚੈਨਲ ਪੂਰੀ ਟੀਮ ਅਤੇ ਯੂਕੇ ਯੂਰਪ ਦੀਆਂ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਔਰ ਅੱਜ ਉਹਨਾਂ ਪਰਿਵਾਰਾਂ ਨੂੰ ਮਿਲਣ ਅਕਾਲ ਚੈਨਲ ਦੀ ਟੀਮ ਆਈ ਹੈ, ਉਹਨਾਂ ਦਾ ਹਾਲ ਚਾਲ ਜਾਣਨ। ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹ ਸੇਵਾਵਾਂ ਜਿਹੜੀਆਂ ਯੂਕੇ ਯੂਰਪ ਦੀਆਂ ਸੰਗਤਾਂ ਵੱਲੋਂ ਅਕਾਲ ਚੈਨਲ ਦੇ ਮਾਧਿਅਮ ਦੇ ਨਾਲ ਕਰਵਾਈਆਂ ਗਈਆਂ ਸੀ, ਬਹੁਤ ਵੱਡਾ ਉਪਰਾਲਾ ਸੀ ਔਰ ਉਹ ਸਮੇਂ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਨਾਂ ਪਰਿਵਾਰਾਂ ਨੂੰ, ਕਿਉਂਕਿ ਕਹਿੰਦੇ ਨੇ ਕਿ ਕਾਰਜ ਕਰਾਉਣੇ ਬਹੁਤ ਔਖੇ ਹੁੰਦੇ ਨੇ, ਭਾਵੇਂ ਉਹ ਵਿਆਹਾਂ ਦੇ ਕਾਰਜ ਹੋਣ, ਘਰ ਬਣਾਉਣ ਦੇ ਕਾਰਜ ਹੋਣ, ਅੰਨ ਅਨਾਜ ਕਿਸੇ ਘਰ ਤੱਕ ਪਹੁੰਚਾਉਣਾ ਹੋਵੇ, ਕੋਈ ਸੁਖੱਲਾ ਨਹੀਂ ਹੁੰਦਾ ਔਰ ਇਕੱਲਾ ਬੰਦਾ ਕੁਛ ਵੀ ਨਹੀਂ ਕਰ ਸਕਦਾ ਅਤੇ ਉਸ ਸਮੇਂ ਅਕਾਲ ਚੈਨਲ ਵੱਧ ਚੜ੍ਹ ਕੇ ਆਪਣੀਆਂ ਸੇਵਾਵਾਂ ਜਿੱਥੇ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਉਸ ਸਮੇਂ ਵੀ ਵੱਧ ਚੜ੍ਹ ਕੇ ਅਕਾਲ ਚੈਨਲ ਵੱਲੋਂ ਆਪਣੀਆਂ ਸੇਵਾਵਾਂ ਕੀਤੀਆਂ ਗਈਆਂ ਔਰ ਅੱਜ ਸਰਦਾਰ ਬਿੱਕਰ ਸਿੰਘ ਦੇ ਘਰ ਅਸੀਂ ਪਹੁੰਚੇ ਹਾਂ ਔਰ ਮੈਂ ਦੱਸ ਦੇਵਾਂ ਕਿ ਸਭ ਤੋਂ ਜ਼ਿਆਦਾ ਧੰਨਵਾਦ ਉਸ ਅੰਕਲ ਜੀ ਦਾ, ਉਸ ਸ਼ਖਸੀਅਤ ਦਾ ਜਿਨ੍ਹਾਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ, ਇਸ ਇਲਾਕੇ ਜਾਂ ਇਸ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਲੋਕ ਕਿਹੜੇ ਨੇ, ਉਹਨਾਂ ਨੂੰ ਸਭ ਤੋਂ ਪਹਿਲੇ ਜਿਹੜਾ ਲਿਸਟ ਦੇ ਵਿੱਚ ਲਿਆਂਦਾ ਜਾਵੇ ਕਿ ਜਿਹੜੇ ਬਿਲਕੁਲ ਬੇਘਰ ਹੋ ਚੁੱਕੇ ਨੇ ਔਰ ਇਹਨਾਂ ਘਰਾਂ ਦੀਆਂ ਛੱਤਾਂ ਢਹਿ ਗਈਆਂ ਸੀ, ਨੀਹਾਂ ਤੱਕ ਪਾਣੀ ਚਲਾ ਗਿਆ ਸੀ ਔਰ ਬਿਲਕੁਲ ਘਰੋਂ ਬੇਘਰ ਹੋ ਗਏ ਸੀ, ਔਰ ਅੰਕਲ ਜੀ ਦਾ ਵੀ ਮੈਂ ਧੰਨਵਾਦ ਕਰਾਂਗੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਇਸ ਤੋਂ ਪਹਿਲੇ ਗੱਲਬਾਤ ਕਰਦੇ ਹਾਂ ਜੀ ਸਰਦਾਰ ਬਿੱਕਰ ਸਿੰਘ ਜੀ ਨਾਲ। ਅੰਕਲ ਜੀ, ਘਰ ਤਿਆਰ ਹੋ ਗਿਆ, ਅਕਾਲ ਚੈਨਲ ਵੱਲੋਂ ਸੇਵਾ ਜਿਹੜੀ ਹੋਈ ਸੀ, ਕਿੱਦਾਂ ਦਾ ਲੱਗ ਰਿਹਾ ਹੁਣ ਆਪਣੇ ਘਰ ਦੇ ਵਿੱਚ ਤੁਸੀਂ? ਸੋਹਣਾ, ਵਧੀਆ ਲੱਗਦਾ, ਕੋਠੇ ਮਕਾਨ ਦੋ ਪਾ ਗਏ, ਵਧੀਆ, ਬਹੁਤ ਵਧੀਆ ਕੀਤੀ ਇਹਨਾਂ ਅਕਾਲ ਚੈਨਲ ਵਾਲਿਆਂ ਨੇ, ਬਹੁਤ ਸੇਵਾ ਵਧੀਆ ਕੀਤੀ ਹੈ। ਅਤੇ ਉਦੋਂ ਜਦੋਂ ਸੇਵਾ ਦੀ ਸ਼ੁਰੂਆਤ ਹੋਈ ਸੀ ਉਦੋਂ ਦੇ ਹਿਸਾਬ ਦੇ ਨਾਲ ਅਤੇ ਹੁਣ ਦੇ ਨਾਲ ਕੀ ਫਰਕ ਲੱਗਦਾ, ਕਿਉਂਕਿ ਉਦੋਂ ਬਹੁਤ ਸਾਰੇ ਸੁਪਨੇ ਸੀ ਕਿ ਘਰ ਟੁੱਟ ਗਿਆ, ਦਿਹਾੜੀ ਕਰਨ ਵਾਲਾ ਮਿਹਨਤ ਕਰਦਾ ਹੈ ਅਤੇ ਆਪਣਾ ਮਸੀਂ ਗੁਜ਼ਾਰਾ ਚੱਲਦਾ ਉਹਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਘਰ ਹੜ੍ਹ ਦੇ ਨਾਲ ਖਰਾਬ ਹੋ ਗਿਆ, ਬੇਘਰ ਹੋ ਗਏ ਤੁਸੀਂ, ਅਤੇ ਉਸ ਸਮੇਂ ਕਿੰਨੀ ਵਿਪਤਾ ਸੀ, ਕੀ ਦਿਮਾਗ 'ਚ ਆਉਂਦਾ ਹੁੰਦਾ ਸੀ? ਬਹੁਤ ਦੁਖੀ ਹੈਗੇ ਸੀ, ਸਾਡੇ ਘਰ ਕੋਈ ਚੀਜ਼ ਵੀ ਨਹੀਂ ਹੈਗੀ ਸੀ, ਇਹ ਬਾਬੇ ਆਏ ਸਾਡੇ ਘਰ ਆਏ, ਇਹਨਾਂ ਵੇਖਿਆ, ਕਹਿੰਦੇ ਚੱਲ ਜਿਹੜਾ ਗੁਰਦੁਆਰਾ ਕਹੇਗਾ ਉਹੀ ਆ ਤੁਹਾਨੂੰ ਨੀਂਹ ਪੱਥਰ ਰੱਖਿਆ ਜਾਏਗਾ, ਇਹਨਾਂ ਬਹੁਤ ਸਾਡੇ ਨੇ ਕੀਤੀ ਹੈਲਪ। ਫਿਰ ਕਿੰਨੇ ਚਿਰ 'ਚ ਮਕਾਨ ਬਣ ਕੇ ਤਿਆਰ ਹੋ ਗਏ ਸੀ? ਮਹੀਨੇ 'ਚ ਹੋ ਗਿਆ ਸੀ, ਪੂਰੇ ਮਹੀਨਾ ਕੋਲ ਲੱਗ ਗਿਆ ਸੀ। ਹਾਂਜੀ, ਮਕਾਨਾਂ ਤੋਂ ਇਲਾਵਾ ਵੀ ਰਾਸ਼ਨ ਪਹੁੰਚਾਇਆ ਗਿਆ ਸੀ ਉਦੋਂ? ਪਹੁੰਚਾਇਆ ਸੀ ਇਹਨਾਂ। ਬਿਲਕੁਲ ਸੱਚ ਦੱਸਿਓ ਕਿ ਕੋਈ ਜ਼ਬਰਦਸਤੀ ਜਾਂ ਕੋਈ ਧੱਕਾਸ਼ਾਹੀ ਨਹੀਂ, ਜੋ ਮਿਲਿਆ ਚੈਨਲ ਵੱਲੋਂ, ਜੋ ਸੰਗਤਾਂ ਵੱਲੋਂ ਪਹੁੰਚਾਇਆ ਗਿਆ ਉਹ ਤੁਸੀਂ ਬਿਲਕੁਲ ਸਹੀ ਦੱਸਣਾ। ਸਹੀ ਆ, ਲਬਾਰੀਆਂ ਪਹੁੰਚੀਆਂ ਨੇ ਸਾਨੂੰ, ਗੈਸ ਚੁੱਲ੍ਹਾ ਮਿਲਿਆ, ਰਜਾਈਆਂ ਵੀ ਦਿੱਤੀਆਂ ਇਹਨਾਂ, ਬਹੁਤ ਇਹਨਾਂ ਕੀਤਾ ਸੇਵਾ ਸਾਡੀ। ਹਾਂਜੀ, ਖੁਸ਼ ਹੈ ਔਰ ਪਰਿਵਾਰ ਖੁਸ਼ ਹੈ, ਭੈਣ ਜੀ ਖੁਸ਼ ਨੇ? ਹਾਂਜੀ ਖੁਸ਼ ਨੇ। ਆਪਣੇ ਘਰ ਦੇ ਵਿੱਚ ਆਪਣਾ ਘਰ ਮਿਲ ਜਾਣਾ, ਪੱਕਾ ਮਕਾਨ ਬਣ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ। ਹਾਂਜੀ ਹਾਂਜੀ, ਬਹੁਤ ਖੁਸ਼ੀ ਸਾਨੂੰ ਹੋਈ ਹੈ ਵੀ ਕਾਲ ਚਾਈਨਾ ਵਾਲੇ ਵਧੀਆ ਕਰਤਾ, ਸਾਡਾ ਘਰ ਮਕਾਨ ਬਣਾਤਾ। ਅਜੇ ਵੀ ਸਾਡੀਆਂ ਗੱਲਾਂ ਹੀ ਚੱਲਦੀਆਂ ਰਹਿੰਦੀਆਂ ਨੇ ਇੱਥੇ ਟਾਈਮ, ਵੀ ਸਾਡੇ ਬਾਬੇ ਜਿਹੜੇ ਹੈਗੇ ਸੀ ਉਹਨਾਂ ਵਧੀਆ ਬਣਾਤੇ ਨੇ, ਨਹੀਂ ਤਾਂ ਸਾਡੇ ਕੋਲ ਮਕਾਨ ਨਹੀਂ ਪੈ ਜਾਣੇ ਸੀ, ਬਹੁਤ ਦੁਖੀ ਸੀ ਅਸੀਂ। ਹਾਂਜੀ, ਕਿਉਂਕਿ ਜਿਹੜੀ ਸਾਰੀ ਜ਼ਿੰਦਗੀ ਦੀ ਕਮਾਈ ਸੀ ਉਹ ਪਹਿਲੇ ਮਕਾਨ ਬਣੇ ਸੀ ਉਹ ਢਹਿ ਗਏ, ਉਸ ਤੋਂ ਬਾਅਦ ਦੁਬਾਰਾ ਜ਼ਮੀਨੀ ਪੱਧਰ ਤੋਂ ਉੱਪਰ ਤੱਕ ਉੱਠਣਾ ਬਹੁਤ ਔਖਾ ਸੀ। ਮੈਨੂੰ ਲੱਗਦਾ ਤੁਹਾਨੂੰ 10-15 ਸਾਲ ਲੱਗ ਜਾਂਦੇ ਦੁਬਾਰਾ ਇਹ ਮਕਾਨ ਤਿਆਰ ਕਰਨ ਦੇ। ਹਾਂਜੀ, ਇਹ ਤਾਂ ਹੈਗਾ, ਜੇ ਵਜੇ ਤੂੰ ਤਾਂ ਨਹੀਂ ਉੱਠਿਆ ਜਾਂਦਾ ਪੂਰਾ,
ਮਸਾ ਦਿਹਾੜੀ ਬੱਚੇ ਹੀ ਪਾਲੀ ਦੇ ਨੇ ਜੇ ਤਾਂ ਹਾਂਜੀ ਪਰ ਮੈਂ ਦੇਖ ਰਹੀ ਸੀ ਕਿ ਸਰਦਾਰ ਬਿੱਕਰ ਸਿੰਘ ਜੀ ਦੇ ਜਿਹੜੇ ਧਰਮ ਪਤਨੀ ਨੇ ਉਹ ਵੀ ਉਹਨਾਂ ਨੇ ਜਦੋਂ ਦੇਖਿਆ ਕਿ ਗੱਡੀ ਆਣ ਕੇ ਇੱਥੇ ਖੜੀ ਹੋਈ ਹੈ ਤੇ ਬੜੇ ਖੁਸ਼ ਹੋਏ ਕਿ ਉਹ ਪਰਿਵਾਰ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਅਸੀਂ ਪਰਿਵਾਰ ਹੀ ਕਹਿੰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭੈਣ ਜੀ ਨੇ ਔਰ ਨਾਲ ਦੀ ਨਾਲ ਪਹਿਲੇ ਗੱਲਬਾਤ ਕਰਦੇ ਆ ਉਹ ਸ਼ਖਸੀਅਤ ਨਾਲ ਜਿੰਨੇ ਜਿਨ੍ਹਾਂ ਦੇ ਨਾਲ ਪਹਿਲੇ ਮੁਲਾਕਾਤ ਹੋਈ ਸੀ ਤੇ ਉਹਨਾਂ ਨੇ ਵਾਕਈ ਕਹਿੰਦੇ ਹੁੰਦੇ ਕਿ ਕਿਸੇ ਵੀ ਕੰਮ ਨੂੰ ਅੱਗੇ ਵਧਾਉਣ ਦੇ ਲਈ ਜੇ ਕੋਈ ਚੰਗੀ ਸੇਧ ਚੰਗਾ ਮੁਖੀ ਮਿਲ ਜਾਵੇ ਨਾ ਤੇ ਉਹ ਚੰਗੇ ਰਸਤੇ ਪਾ ਦਿੰਦਾ ਤੇ ਮੈਨੂੰ ਲੱਗਦਾ ਕਿ ਅੰਕਲ ਜੀ ਤੁਸੀਂ ਉਹੋ ਹੀ ਸ਼ਖਸੀਅਤ ਹੋ ਹਾਂਜੀ ਬਿਲਕੁਲ ਅਕਾਲ ਚੈਨਲ ਦੀ ਟੀਮ ਅੱਜ ਸਾਡੇ ਚੱਕ ਬਰਾਲਾ ਪਿੰਡ ਪਹੁੰਚੀ ਆ ਇਹ ਪਤਾ ਲੈਣ ਵਾਸਤੇ ਪਹੁੰਚੀ ਆ ਕਿ ਜਿਹੜੇ ਪਰਿਵਾਰਾਂ ਦੇ ਘਰਾਂ ਦੇ ਉੱਤੇ ਛੱਤ ਨਹੀਂ ਸੀ ਅਤੇ ਸੰਗਤ ਦੇ ਸੰਯੋਗ ਦੇ ਨਾਲ ਇਹ ਉਹਨਾਂ ਘਰਾਂ 'ਤੇ ਉਹਨਾਂ ਪਰਿਵਾਰਾਂ 'ਤੇ ਉਹਨਾਂ ਬੱਚਿਆਂ 'ਤੇ ਛੱਤ ਦਿੱਤੀ ਅਤੇ ਅੱਜ ਮੌਕੇ 'ਤੇ ਆਈ ਅਕਾਲ ਚੈਨਲ ਦੀ ਟੀਮ ਅਤੇ ਜਦੋਂ ਪਿੱਛੇ ਹੜ੍ਹ ਆਇਆ ਸੀ 13/8/2019 ਨੂੰ ਇੱਥੇ ਫਲੱਡ ਦੀ ਮਾਰ ਬੜੀ ਬੁਰੀ ਤਰ੍ਹਾਂ ਪਈ ਸੀ ਅਤੇ ਸਾਡੇ ਲੋਕ ਘਰਾਂ ਤੋਂ ਬੇਘਰ ਹੋ ਗਏ ਸੀ ਮਾਰ ਦਾ ਬਹੁਤ ਬੁਰਾ ਹਾਲ ਸੀ ਅਤੇ ਇੱਥੇ ਲੋਕਾਂ ਨੇ ਜ਼ਿਆਦਾ ਸੇਵਾ ਕੀਤੀ ਅਕਾਲ ਚੈਨਲ ਨੇ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਸਾਰੀ ਸੰਗਤ ਕਿਸੇ ਕੋਈ ਵੀ ਪਿੱਛੇ ਰਹਿਣ ਲਈ ਤਿਆਰ ਨਹੀਂ ਸੀ ਆਪਣਾ ਤਨ ਮਨ ਧਨ ਦੇ ਨਾਲ ਨਾ ਉਹਨਾਂ ਨੇ ਸੇਵਾ ਕੀਤੀ ਇੱਥੋਂ ਤੱਕ ਕਿ ਜਦੋਂ ਟਰਾਲੀਆਂ ਦੇ ਵਿੱਚ ਸੇਵਾ ਆਉਂਦੀ ਸੀ ਨਾ ਅਤੇ ਅਕਾਲ ਚੈਨਲ ਦੀ ਟੀਮ ਆਈ ਸੀ ਅਤੇ ਉਦੋਂ ਗੱਡੀਆਂ ਪਾਣੀ ਵੇਚਦੀ ਨੰਗਾ ਕੇ ਆਏ ਸੀ ਬੁਰੀ ਤਰ੍ਹਾਂ ਧੱਕੇ ਲਾ ਕੇ ਉਦੋਂ ਮੇਰਾ ਖਿਆਲ 3-3 ਫੁੱਟ ਪਾਣੀ ਸੀ ਜਦੋਂ ਸਾਰੀਆਂ ਟੀਮਾਂ ਪਹੁੰਚੀਆਂ ਵਿਹੜਿਆਂ 'ਤੇ ਵੀ ਆਏ ਪਹਿਲਾਂ ਵਿਹੜਿਆਂ 'ਤੇ ਆਏ ਅਤੇ ਸਾਰੀ ਸੰਗਤ ਨੇ ਰਲ ਮਿਲ ਕੇ ਚੱਕ ਬਰਾਲੇ ਦੇ ਵਿੱਚ ਆਮ ਮੇਰਾ ਖਿਆਲ ਇੱਥੋਂ ਦੇ ਪਿੰਡ ਸਾਡੇ 100 ਪਿੰਡ ਹੋਊਗਾ ਜਿਹੜਾ ਹੜ੍ਹ ਦੀ ਮਾਰ ਥੱਲੇ ਆਇਆ ਸੀ ਅਤੇ ਸਾਰੇ ਹੀ ਪਿੰਡਾਂ ਦੇ ਵਿੱਚ ਜਾ ਕੇ ਸੇਵਾ ਹੋਈ ਅਕਾਲ ਚੈਨਲ ਨੇ ਵੀ ਕੀਤੀ ਬਾਕੀ ਸੰਗਤ ਨੇ ਬਹੁਤ ਸੇਵਾ ਕੀਤੀ ਇਹਨਾਂ ਨੇ ਅਕਾਲ ਚੈਨਲ ਦੀ ਟੀਮ ਆ ਜਿਹੜੀ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ 5 ਮਕਾਨ ਬੇਘਰਿਆਂ ਨੂੰ ਜਿਹੜੇ ਮੁੜ ਵਸੇਬਾ ਦੇ ਤਹਿਤ ਇਹਨਾਂ ਨੇ 5 ਮਕਾਨ ਬਣਾ ਕੇ ਦਿੱਤੇ ਉਹਨਾਂ ਦੇ ਘਰਾਂ ਦੇ ਉੱਤੇ ਛੱਤ ਨਹੀਂ ਸੀ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਅਕਾਲ ਚੈਨਲ ਦੀ ਟੀਮ ਨੇ ਕਿੱਥੋਂ ਕਿੱਥੋਂ ਸੇਵਾ ਲਿਆ ਕੇ ਸੇਵਾ ਕਰਵਾਈ ਸਾਨੂੰ ਨਹੀਂ ਪਤਾ ਇਸ ਗੱਲ ਦਾ ਸਾਨੂੰ ਤਾਂ ਇਹਨਾਂ ਦਾ ਹੀ ਪਤਾ ਆ ਵੀ ਵਿਦੇਸ਼ਾਂ ਦੇ ਵਿੱਚੋਂ ਵੀ ਇਹਨਾਂ ਨੇ ਸੇਵਾ ਇਕੱਠੀ ਕਰਕੇ ਅਤੇ ਸੰਗਤ ਦੀ ਸੇਵਾ ਕੀਤੀ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਇੱਦਾਂ ਦੇ ਮੌਕੇ ਜਿਹੜੇ ਸੁਹਾਵਣੇ ਸੇਵਾ ਕਰਨ ਦੇ ਕਦੇ ਕਦੇ ਕਰਮਾਂ ਨਾਲ ਅਤੇ ਕਿਸਮਤ ਨਾਲ ਹੀ ਮਿਲਦੇ ਨੇ ਅਤੇ ਮੈਂ ਅੱਗੇ ਤੋਂ ਹੀ ਇਹਨਾਂ ਨੂੰ ਬੇਨਤੀ ਕਰਦਾ ਰਹੂੰਗਾ ਕਿ ਵੀ ਜੇ ਕਿਤੇ ਵੀ ਆਫਤ ਆਉਂਦੀ ਆ ਅਤੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਸੰਗਤ ਦੀ ਸੇਵਾ ਕਰਿਆ ਕਰੋ ਮੈਂ ਪਿੱਛੇ ਸੁਣਿਆ ਸੀ ਦਿੱਲੀ ਜਦੋਂ ਮੋਰਚਾ ਲੱਗਾ ਸੀ ਅਤੇ ਉੱਥੇ ਵੀ ਇਹਨਾਂ ਨੇ ਲੰਗਰ ਚਲਾਏ ਹਰ ਤਰ੍ਹਾਂ ਦੇ ਲੰਗਰ ਚਲਾਏ ਅਤੇ ਅੱਜ ਵੀ ਭਾਅ ਜੀ ਹੁਣੀ ਕਹਿ ਰਹੇ ਅਕਾਲ ਚੈਨਲ ਦੀ ਟੀਮ ਵੀ ਤੁਹਾਡੇ ਪਿੰਡ ਦੇ ਵਿੱਚ ਇੱਕ ਸਮਾਗਮ ਕੀਤਾ ਜਾਵੇ ਅਤੇ ਜਿਹੜੇ ਸਿੱਖੀ ਪ੍ਰਚਾਰ ਕੀਤਾ ਜਾਵੇ ਉਹਨੂੰ ਲੈ ਕੇ ਅਤੇ ਵੱਡੇ ਵੱਡੇ ਗ੍ਰੰਥੀ ਅਤੇ ਵੱਡੇ ਵੱਡੇ ਜਿਹੜੇ ਪ੍ਰਚਾਰਕ ਇੱਥੇ ਲਿਆਉਂਦੇ ਜਾਣ ਤਾਂ ਕਿ ਮਤਲਬ ਜਿਹੜੀ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਉਹ ਅਜੇ ਤਰੀਕ ਤੈਅ ਹੋਣਾ ਮੁਕਰਰ ਹੋਣੀ ਅਜੇ ਬਾਕੀ ਹੈ ਅਤੇ ਭਾਅ ਜੀ ਹੁਣੀ ਕਹਿੰਦੇ ਵੀ ਤੁਹਾਡੇ ਪਿੰਡ ਦੇ ਵਿੱਚ ਸਮਾਗਮ ਵੀ ਅਸੀਂ ਕਰਵਾਵਾਂਗੇ ਅਤੇ ਬੜੀ ਇਹਨਾਂ ਦੀ ਮਿਹਰਬਾਨੀ ਹੋਊਗੀ ਜਿਹੜੇ ਪਛੜੇ ਲੋਕ ਆ ਬੈਕਵਰਡ ਏਰੀਆ ਬੈਕ ਮਤਲਬ ਪੜ੍ਹਾਈ ਤੋਂ ਵਾਂਝੇ ਲੋਕ ਰਹੇ ਇੱਥੇ ਲਾਗੇ ਸਕੂਲ ਵੀ ਨਹੀਂ ਪਲੱਸ ਟੂ ਤੱਕ ਦੇ ਗਏ ਵੀ ਜਿੱਥੇ ਬੱਚੇ ਪੜ੍ਹ ਲਿਖ ਕੇ ਸਿਆਣੇ ਹੋ ਜਾਣ ਅਤੇ ਮੇਰਾ ਖਿਆਲ ਸਹਿਜੇ ਸਹਿਜੇ ਕਰਦਿਆਂ ਕਰਦਿਆਂ ਸੁਧਾਰ ਆ ਹੀ ਜਾਊਗਾ ਸਰਕਾਰਾਂ ਵੀ ਇਹਨਾਂ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਅਤੇ ਜਿਹੜੀਆਂ ਸੰਸਥਾਵਾਂ ਨੇ ਜਾਂ ਅਕਾਲ ਚੈਨਲ ਦੀ ਸੰਸਥਾ ਲਾ ਲਓ ਜਾਂ ਹੋਰ ਵੀ ਸੰਸਥਾਵਾਂ ਮਤਲਬ ਵੱਧ ਚੜ੍ਹ ਕੇ ਸੇਵਾ ਲਈ ਮਤਲਬ ਆਪਣੇ ਵਚਨਬੰਧ ਹੋਈਆਂ ਬੈਠੀਆਂ ਅਤੇ ਮੈਂ ਮੰਨਦਾ ਕਿ ਇਹ ਜਿਹੜੇ ਬੈਕਵਰਡ ਏਰੀਆ ਜਾਂ ਬੈਕਵਰਡ ਕਲਾਸਾਂ ਸਾਰੀਆਂ ਦਾ ਸੁਧਾਰ ਹੋਊਗਾ ਅਤੇ ਮੈਂ ਇੰਨਾ ਹੀ ਕਹਿੰਦਾ ਇਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਇਸ ਚੀਜ਼ ਨੂੰ 2 ਸਾਲ ਲੰਘ ਚੁੱਕੇ ਨੇ ਅਤੇ ਅਕਾਲ ਚੈਨਲ ਦੀ ਟੀਮ ਚੱਕ ਬਡਾਲਾ ਪਿੰਡ ਵਿੱਚ ਪਹੁੰਚੀ ਅਤੇ ਉਹਨਾਂ ਘਰਾਂ ਦਾ ਸਾਰੇ ਪਿੰਡ ਦਾ ਪਤਾ ਲੈਣ ਵਾਸਤੇ ਵੀ ਹੁਣ ਕਿੱਦਾਂ ਦੀ ਪੁਜੀਸ਼ਨ ਆ ਸੁਖੀ ਵੱਸ ਰਹੇ ਨੇ ਕਿੱਦਾਂ ਉਸ ਵੇਲੇ ਇੱਕ ਬੜਾ ਔਖਾ ਸਮਾਂ ਸੀ ਜਿਸ ਵੇਲੇ ਫਲੱਡ ਆਇਆ ਸੀ ਜਿਹੜੀ ਜਗ੍ਹਾ 'ਤੇ ਅੱਜ ਅਸੀਂ ਇੱਥੇ ਖੜ੍ਹੇ ਹਾਂ ਇੱਥੇ 8-8 ਫੁੱਟ ਪਾਣੀ ਸੀ ਅਤੇ ਲੋਕ ਸੀ ਜਿਹੜੇ ਬੰਨ੍ਹ ਦੇ ਉੱਤੇ ਬੈਠੇ ਹੋਏ ਸੀ ਅਤੇ ਇੱਥੋਂ ਤੱਕ ਕਿ ਪੁਜੀਸ਼ਨ ਬਣੀ ਹੋਈ ਸੀ ਕਿਹੜੇ ਵੇਲੇ ਤੁਸੀਂ ਬੰਨ੍ਹ ਆਏ ਜਿਹੜਾ ਇਹ ਵੀ ਘਿਰ ਕੇ ਅਤੇ ਪਾਣੀ ਦੇ ਵਿੱਚ ਬਹਿ ਸਕਦਾ ਜਾਨ ਨੂੰ ਖਤਰਾ ਸੀ ਹਰ ਵੇਲੇ ਬੱਚੇ ਦੀ ਜਾਨ ਨੂੰ ਬਜ਼ੁਰਗਾਂ ਦੀ ਜਾਨ ਨੂੰ ਅਤੇ ਬਾਕੀ ਕੁਛ ਇੱਥੋਂ ਲੋਕ ਨਿਕਲ ਚੁੱਕੇ ਸੀ ਦੁਬਾਰਾ ਇੱਥੇ 2-2 ਮਹੀਨੇ ਬਾਅਦ ਵਾਪਸ ਆਉਣ ਦਾ ਮੌਕਾ ਮਿਲਿਆ ਅਤੇ ਲੋਕਾਂ ਨੇ ਮੁੜ ਦੁਬਾਰਾ ਇੱਥੇ ਰਹਿਣਾ ਸ਼ੁਰੂ ਕੀਤਾ ਕਿਤੇ ਕਿਸੇ ਨੇ ਤੰਬੂਆਂ 'ਚੋਂ ਜਿੱਦਾਂ ਅਕਾਲ ਚੈਨਲ ਦੀ ਟੀਮ ਨੇ ਮੁੜ ਵਸੇਬਾ ਦਿੱਤਾ ਅਤੇ 5 ਮਕਾਨ ਬਣਾ ਕੇ ਦਿੱਤੇ ਜਿਹੜੇ ਮਤਲਬ ਬਿਲਕੁਲ ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ ਸੀ ਉੱਥੋਂ ਕਹਿਰ ਦੀ ਠੰਡ ਅਤੇ ਸਿਆਲ ਬਣ ਚੁੱਕਾ ਸੀ ਅਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
जी धन्यवाद अंकल जी बहुत बहुत भैन जी ने गलबात करते हैं खुशी जाहिर हो रही थी जो असी अंदर वड़े तो सुकून है हूँ कि अपने घर तू दोबारा ता पै गया हूँ वधिया साढ़े घर बार बन गए सू तो मेहनत नहीं सी साढ़े घर छप्पर भी नहीं सा पैना सी असं थोड़े को गए तुम आए साढ़े घर आल घर देखे आ के तो इन्ने साढ़े मन के आल से तो असं घर भी छड़ के वागे से 2 महीने अस इतने नहीं आना कोई साढ़े ना कोई अट रह किसी ना कुछ सें बस तुम आए साढ़े घर वेख्या आन के साथ नींह रखी आन के साथ वधिया घर मकान बन गए ने सन तो मेहनत नहीं साढ़े घर पै जाने तुम साढ़े आन के बह फड़ी साढ़े वधिया छत्त भी पहुँच वधिया घर बार बन गए ने हूँ उ इतने वसदे पे थान उस तो वेखन थान जी नहीं साढ़ा करता से इतने भी बने तो की भी असं इत रवे कि बनेगा सानू मेहनत ही कोई नहीं इस घर के असं पा ही नहीं कच्चा भी साढ़े को पैना कमरा तुम आए साढ़ी बह फड़ी साढ़े मकान पाए आन के वधिया वधिया किया साढ़े आन के मैनू याद है कि जो पहले गलबात करन आए से उदो हड़ समय के दौरान तो हालात का जायजा लै रही थी पूरी टीम तो बड़ा दुखदाई से शब्द बयान करने भी बड़े औखे होंगे कि किसी के दुख नू बयान किदा किया जाए तो उदो ये परिवारों को बोलन नू शब्द नहीं सीगे तो उदो इन्हों लगता होंगे कि बहुत सारे चैनल्स आते हैं बहुत सारे लोग आते हैं आण के देखते हैं रिकॉर्डिंग्स करके लै जाते हैं फोटो खिंच के लै जाते हैं तो उस तो बाद कोई मुड़ के नहीं आता तो उदो इन्हों कि शायद अकाल चैनल भी कुछ इदा का ही करेगा आ के दिखा देने बारे लोगों कि इदा कुछ हो गया पंजाब हालात ने तो इन्होंने घर के सिर छत्त नहीं रही तो जिदन नींह पत्र द्वारा फाइनल डिसीजनस हो गए कि इन्होंने घर के आ घर जोड़े सिलेक्ट किए गए कि घर के नींह पत्थर रख के इन्हों के घर के मकान बनाए जाएंगे तो जिदन इतने पिछले बन्ने नींह पत्थर रखे तो मैं पता है कि लागले बहुत परिवार से ये भैन जी के जो परिवार के मैंबरस ने वह भी सारे से तो सारिया दखा उदो नाम से एक बीबी यूके तो भैन जी आए थे जिन्होंने होर बहुत सारिया सेवावान वह चढ़ के हमेशा योगदान पाते ने भी पहुँचे से उदो उदो लगा सी कि वाकई हूँ जो नींह पत्थर रखा गया तो ये कहना हौली हौली घर बन जूगे इट्टा लग के मकान जोड़ा वाकई सुकून वाला घर बनूगा हाँ जी हाँ उदो सू हो गया से भी साढ़े हम घर वधिया बन जाने ने नींह पत्थर रख गए से आन के सारे तुम आए से आन के वाधू बंदे इतने भी वाधू गए से सारे कट्ठे हुए से साढ़े नींह पत्थर रख गए सारे सानू समान भी सारा सानू दे गए बिस्तरे भी हर चीज सानू मिली बहुत बहुत धन्यवाद उन्होंने सारिया संगत का जिन्होंने उस समय के सेवावान कीतियां अजिहे लोड़वंद परिवारों के लिए 2019 जिहड़ा पंजाब दे विच फ्लड आया सी और एक वड्डा कहर सी उस समय कुदरती कहर कह सकते हैं आफत कह सकते हैं जो कि घर तो जिहड़े रुड़े सी घरों बेघर हो गए सी लोग ते बहुत सारे सपने उन्हां लोकां दे खत्म हो चुके सी जिन्हां नूं दोबारा जीण दी दोबारा पक्के घरां च कि कच्चे घरां च रहण दी उम्मीद आस भी खत्म हो चुकी सी उस समय NRI परिवारों ने वड्डा हौसला वड्डा सहयोग दिता अकाल चैनल नूं ते अकाल चैनल उस थावां ते पहुँच के उस समय जो हड़ ने घरां तो बेघर हो गए से लोग ते मुड़ वसेबा दे तहत उन्हां परिवारों नूं जिहड़े कि वाकई उस समय जिन्हां नूं जरूरत सीगी जिन्हां को एक कमरा छोटी कुल्ली भी नहीं सी उन्हां को रह गई टेंट तंबू लाउण नूं भी जगह नहीं सीगी ते उन्हां बजुर्गों वास्ते खास करके पहल की सीगी अजिहे बजुर्गों नूं जड़े ने एक एक कमरा जड़ा है घर बना के दिता जाए ता कि अपना जिंदगी जड़ी है वो दोबारा तो जीण लई जड़े इन्हां नूं आस बज सके सरदार गुरदास सिंह जी पिंड बंडाला चक बडाला दे विच मौजूद ने आपां उन्हां दे उस समय 2019 दे विच वी आए सी विच विच वी इन्हां नाल के मुलाकात करदे रहे हां और जदों हुण असीं दोबारा देखिया इन्हां परिवारां नूं मिलण आए हैं तो कह सकते हैं कि सरप्राइज़ दिता पापा हूँ उन्होंने नहीं दसिया सीगा तो खुशी हुई कि वाकई अकाल चैनल परिवार बहुत खुशी हुई इन्नी खुशी हुई ना बेहदो बार है ना धन पाक दोदा जी नवे मकाना च रेंदे पक्के मकाना च किदां दा लगण रहने लग पए हुण सानू तो इन्नी खुशी है ना वी तुसीं सानू वसदा कर दिता कमरियां च पा दिता सिर लको दिता ਤਾਂ ਪਾਕ ਤੁਹਾਡਾ ਉਸ ਅਕਾਲ ਪੁਰਖ ਉਸ ਵਾਹਿਗੁਰੂ ਦਾ ਧੰਨਵਾਦ ਜਿਨੇ ਉਹ ਸੰਗਤਾਂ ਨੂੰ ਅੱਗੇ ਲਿਆਂਦਾ ਤਾਂ ਅਕਾਲ ਚੈਨਲ ਇੱਕ ਮਾਧਿਅਮ ਬਣਿਆ ਤੇ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਸ ਸਮੇਂ ਬਿਲਕੁਲ ਜੀ ਬਿਲਕੁਲ ਉਹ ਵਾਹਿਗੁਰੂ ਕਰਨ ਵਾਲਾ ਆਪਾਂ ਕੌਣ ਕਰਨ ਵਾਲੇ ਉਹਨੇ ਹੀ ਕਰਨਾ ਹੈ ਉਹਨੇ ਸਹਿਯੋਗ ਬਣਾਉਣਾ ਹੈ ਉਹਨੇ ਸਾਰਾ ਕੁਝ ਕਰਨਾ ਹੈ ਆਪਾਂ ਨਹੀਂ ਕੁਝ ਕਰ ਸਕਦੇ ਹੈ ਤੇ ਧੰਨ ਪਾਕ ਉਹ ਵਾਹਿਗੁਰੂ ਦਾ ਜਿਹਨੇ ਸਾਨੂੰ ਬਿਠਾ ਦਿੱਤਾ ਅੰਦਰ ਹੈ ਮੀਂਹਾਂ 'ਚ ਭਿੱਜਦੇ ਰਹੇ ਹਾਂ ਬਾਰਿਸ਼ਾਂ ਬਹੁਤ ਪੈਂਦੀਆਂ ਸੀ
ਤੇ ਸ਼ੁਕਰੀਆ ਉਹਨਾਂ ਦਾ। ਪਾਪਾ ਜੀ ਕਿੰਨਾ ਕਿੰਨਾ ਪਾਣੀ ਸੀ ਉਦੋਂ ਆਪਣੇ ਇਸ ਥਾਂ ਤੇ? ਪਾਣੀ ਇੱਥੇ ਹੈਗਾ ਸੀ 9-9 ਫੁੱਟ। ਹਾਂਜੀ ਕਿਤੇ ਖੜੇ ਹਾਂ ਆਪਾਂ, ਇੱਥੇ 9 ਫੁੱਟ ਸੀ। ਅੱਗੇ ਪਿੱਛੇ ਤਾਂ ਕਿਤੇ ਵੱਧ ਵੀ ਹੋ ਸਕਦਾ, ਘੱਟ ਵੀ ਹੋ ਸਕਦਾ। ਆਪਾਂ ਤਾਂ ਉਹ ਗੱਲ ਕਰਨੀ ਵੀ ਕਿਤੇ ਖੜੇ ਹਾਂ, ਠੀਕ ਹੈ ਨਾ। ਬਾਬਾ ਜੀ ਉੱਧਰ ਜਿਹੜਾ ਕਿਸੇ ਦਾ ਮਕਾਨ ਸੀਗੇ ਉਹਦੀ ਛੱਤ ਤੇ ਤੁਸੀਂ ਰਹਿੰਦੇ ਸੀ ਕਿ ਉੱਧਰ ਤੰਬੂ ਲਾਇਆ ਸੀ? ਉਦੋਂ ਬੜੇ ਮਾੜੇ ਹਾਲ ਸੀ ਨਾ। ਅਸੀਂ ਉਹਦਾ ਕੋਠੇ ਦਾ ਗੁਆਂਢੀਆਂ ਘਰੇ ਚੜ ਗਿਆ ਸੀ ਤੇ ਕੋਈ ਬੰਨ ਤੇ ਚਲੇ ਗਿਆ ਸੀ, ਹਾਂ ਤੇ ਇਹ ਤਾਂ ਸਾਰਾ ਬੇਕਾਰ ਹੀ ਹੋ ਗਿਆ ਸੀ। ਮੈਂ ਕਿਹਾ ਇੱਥੇ ਤਾਂ ਕੋਈ ਸਾਡਾ ਜੀ ਰਹਿ ਹੀ ਨਹੀਂ ਗਿਆ, ਇਹਨਾਂ ਦੇ ਕੋਠਿਆਂ ਤੋਂ ਥੋੜ੍ਹਾ ਘਣਾ ਰੱਖਾ ਕੋਈ ਲੁੜ ਗਿਆ, ਹੋਰ ਚੁੱਕਿਆ ਹੀ ਨਹੀਂ ਗਿਆ। ਸਮਾਨ ਕੀ ਰੁੜ ਗਿਆ ਸੀ ਬੀਬੀ ਉਦੋਂ? ਬੜਾ ਕੁਛ ਲੁੜਾ, ਸੰਭਲਾ ਹੀ ਨਹੀਂ ਗਿਆ। ਅਸੀਂ ਆਪ ਸੰਭਲੇ ਮਸੇ, ਥੋੜ੍ਹਾ ਗਣ ਘੜਾ ਹੱਟਾ ਗਿਆ, ਗੁਆਂਢੀ ਘਰ ਠੀਕ ਹੋਈ ਗਿਆ, ਪੱਕਾ ਰਹਿ ਗਿਆ। ਜਦ ਉਹ ਮੰਜੇ ਹੈਗੇ ਸੀ ਉੱਥੇ ਪਏ ਰਹੇ ਪਾਣੀਆਂ ਵਿੱਚ ਅੰਦਰ, ਉਹ ਵੀ ਨਹੀਂ ਸਾਡੇ ਕੋਲ ਚੁੱਕੇ ਗਏ। ਮਤਲਬ ਕਿ ਇੱਕੋ ਦਮ ਜਿੱਦਾਂ ਪਿੱਛੇ ਪਾਣੀ ਇੱਕੋ ਦਮ ਆ ਗਿਆ ਸੀ ਜਦੋਂ ਕਹਿੰਦੇ ਕਿ ਜਦੋਂ ਮਾਰ ਪਈ ਤੇ ਸਾਰੇ ਬੰਨ ਟੁੱਟ ਗਏ ਸੀ ਨਾ, ਤੇ ਪਤਾ ਹੀ ਨਹੀਂ ਲੱਗਾ। ਜਦੋਂ 84 ਵਾਲਾ ਹੜ ਆਇਆ ਸੀ ਉਦੋਂ ਤਾਂ ਕੁਛ ਨਾ ਕੁਛ ਸਾਂਭਿਆ ਗਈਆਂ ਸੀ ਚੀਜ਼ਾਂ, ਤਾਂ ਸਾਂਭ ਲਿਆ। ਆ ਇੱਥੇ ਪਾਣੀ ਆ ਤਾਂ ਅਸੀਂ ਛੇਤੀ ਤੇ ਗੁਆਂਢੀ ਸਾਨੂੰ ਕੱਢਿਆ ਛੇਤੀ ਨਾ, ਰੌਲਾ ਪੈ ਗਿਆ। ਹਾਂ ਸਾਨੂੰ ਗੁਆਂਢੀਆਂ ਦੇ ਬੀਬੀ ਤੂੰ ਇੱਥੇ ਬੈਠੀ ਨਹੀਂ ਤੇ ਇੱਥੇ ਕੌਣ ਹੈ, ਇਹ ਤਾਂ ਕੁਛ ਨਹੀਂ ਤੈਨੂੰ ਲੱਭਣਾ ਤੇ ਹੋਰ ਮਰ ਜਾਏ ਤੂੰ। ਹੋਰ ਬੀਜੀ ਵਾਕਈ ਉਦੋਂ ਵੀ ਮਿਲਣ ਆਉਂਦੇ ਹੁੰਦੇ ਸੀ ਤੇ ਉਦੋਂ ਚਿਹਰੇ ਤੇ ਦਿਮਾਗ ਦੇ ਵਿੱਚ ਬੜੇ ਬੜੇ ਸਵਾਲ ਹੁੰਦੇ ਸੀ ਕਿ ਪਰਮਾਤਮਾ ਇੱਕ ਕਹਿਰ ਉਦੋਂ ਜੇ ਕੁਦਰਤੀ ਆਫਤਾਂ ਜਦੋਂ ਆ ਜਾਂਦੀਆਂ ਪਰਮਾਤਮਾ ਦਾ ਚਲੋ ਫਿਰ ਵੀ ਸ਼ੁਕਰੀਆ ਅਦਾ ਕਰਨਾ ਚਾਹੀਦਾ। ਪਤਾ ਨਹੀਂ ਰੱਬ ਕਿਹੜੀਆਂ ਰੰਗਾਂ ਦੇ ਵਿੱਚ ਰਾਜ਼ੀ ਕੀ ਕਾਰਨ ਹੁੰਦੇ ਨੇ, ਪਰ ਦੁੱਖ ਜ਼ਰੂਰ ਹੁੰਦਾ। ਪਰਮਾਤਮਾ ਦਾ ਕੋਈ ਪਤਾ ਨਹੀਂ ਕਿਹੜੇ ਰੰਗਾਂ 'ਚ ਉਹਨੇ ਆਪਾਂ ਨੂੰ ਕਰ ਦੇਣਾ, ਕਿਹੜੇ ਰੰਗਾਂ 'ਚ ਲੈ ਆਉਣਾ, ਉਹਦੇ ਹੱਥ ਡੋਰ ਹੈ, ਆਪਾਂ ਕੌਣ ਹੈ, ਆਪਾਂ ਕੁਛ ਨਹੀਂ ਕਰ ਸਕਦੇ। ਬਜ਼ੁਰਗ ਕੋਈ ਕੰਮ ਕਰਦੇ ਹੋ? ਨਾ ਜੀ ਕੰਮ ਹੁੰਦਾ ਹੀ ਨਹੀਂ, ਕੰਮ ਕੀ ਕਰਨਾ। ਹਾਂ ਤੇ ਜਿਹੜਾ ਤੁਹਾਡਾ ਬੇਟਾ ਹੈ ਉਹ ਕਿੱਥੇ ਹੈ? ਜਿਹਦਾ ਲਾਜ ਚੈਨਲ ਵੱਲੋਂ ਕਰਵਾਇਆ ਗਿਆ ਸੀ, ਲੱਤ ਖਰਾਬ ਸੀ ਜੀ, ਕੰਮ ਗਿਆ ਹੋਇਆ, ਦਿਹਾੜੀ ਤੇ ਗਿਆ ਵਾ ਅੱਜ। ਚਲੋ ਸ਼ੁਕਰ ਹੈ ਮਾਲਕ ਦਾ, ਆਪਣਾ ਕੰਮ ਕਰਦਾ। ਸ਼ੁਕਰੀਆ ਹੁੰਦਾ ਜੀ, ਮੁੰਡਾ ਬਚ ਗਿਆ, ਚਲੋ ਆਦਾ ਮਾੜਾ ਮੋਟਾ ਕੰਮ ਦਿੰਦਾ ਕਰਦਾ ਫਿਰੂ, ਘਣਾ ਨਾ ਤਾਂ ਥੋੜ੍ਹਾ ਕਰੂ, ਕਿਤੇ 400 ਮਿਲਣਾ ਉੱਥੇ 300 ਮਿਲ ਜਾਊ। ਉਦੋਂ ਵਾਕਈ ਇੱਕ ਤਾਂ ਇਹ ਵਾਲੀ ਆਫਤ ਸੀ ਕਿ ਹੜ੍ਹ ਆਇਆ, ਉੱਧਰੋਂ ਪੁੱਤ ਜਿਹੜਾ ਸੀਗਾ ਉਹ ਇਸ ਹਾਲਾਤਾਂ ਸੀਗਾ ਕਿ ਪਤਾ ਨਹੀਂ ਸੀ ਕਿਹੜੀ ਘੜੀ ਕੀ ਹੋ ਜਾਣਾ। ਉਹਦੀ ਵੀ ਬਹੁਤ ਹਾਲਤ ਪੈੜੀ ਸੀ, ਧੰਨ ਭਾਗ ਵਾਹਿਗੁਰੂ ਦਾ ਕਿੰਨੇ ਵਸੀਲਾ ਬਣਾਇਆ ਅਤੇ ਮੁੰਡਾ ਬਚ ਗਿਆ, ਮਕਾਨ ਪੈ ਗਿਆ, ਹੈਂ ਸਾਰੇ ਕੰਮ ਹੀ ਵਾਹਿਗੁਰੂ ਕਰਨ ਵਾਲਾ, ਉਹਨੇ ਸਾਰੇ ਕੰਮ ਸੋਧੀ ਕਰ ਦਿੱਤੇ ਅਤੇ ਸ਼ੁਕਰੀਆ ਖੁਦਾ ਦਾ। ਕਹਿੰਦੇ ਕਿ ਉਸ ਅਕਾਲ ਪੁਰਖ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਕਿਉਂਕਿ ਸੁੱਖ ਦੁੱਖ 'ਚ ਆਪਣੇ ਆਪ ਉਹੀ ਸਹਾਰਾ ਬਣਦਾ। ਉਹਨੂੰ ਜੇ ਉਹਨੂੰ ਸੋਚੀਏ ਨਾ ਸਭ ਕੁਛ ਕਰਦਾ, ਜੇ ਉਹਦੇ ਕੋਲ ਆਪਾਂ ਕਰਵਾਈਏ ਤਾਂ ਨਾ ਕੁਛ ਕਿਸੇ ਵੀ ਨਹੀਂ ਦੇਣਾ, ਉਹਦੇ ਕੋਲ ਮੰਗੋ, ਜੋ ਵੀ ਚੀਜ਼ ਮੰਗੀ ਉਹ ਖੁਦਾ ਕੋਲ ਮੰਗੋ, ਉਹਨਾਂ ਖੁਦਾ ਸਾਨੂੰ ਦਿੰਦਾ ਵੀ ਹੈ। ਹਾਂ ਇਹ ਤਾਂ ਨਹੀਂ ਵੀ ਨਹੀਂ ਦਿੰਦਾ, ਦਿੰਦਾ ਹੈ, ਸਭ ਕੁਛ ਦਿੰਦਾ, ਪਰ ਆਪਾਂ ਉਹਦੇ ਕੋਲ ਮੰਗੀਏ ਤਾਂ ਫਿਰ ਹੀ ਮਿਲਣਾ। ਹੈਂ ਜੇ ਉਹਦੇ ਨਾਲ ਗੱਲ ਹੀ ਨਾ ਕਰੀਏ ਤਾਂ ਉਹਦੇ ਆਪਾਂ ਕੀ ਦੇਣਾ, ਨਾ ਕੁਛ ਵੀ ਨਹੀਂ ਦੇਣਾ। ਹੈਂ ਸਵੇਰੇ ਸ਼ਾਮ ਉਹਨੂੰ ਯਾਦ ਕਰੋ, ਤੁਸੀਂ ਯਾਦ ਕਰਦੇ ਸੀ ਉਸ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ, ਤਾਂ ਉਹਨੇ ਚਲੋ ਭੀੜ ਪਾਈ ਹੈ ਪਰ ਉਸ ਤੋਂ ਬਾਅਦ ਸਕੂਨ ਵੀ ਦਿੱਤਾ ਹੈ। ਮਾਤਾ ਜੀ ਬਹਿ ਗਏ, ਥੱਕ ਗਏ? ਸੋਤਾ ਨਹੀਂ ਜਾਂਦਾ। ਤੇ ਬਾਪੂ ਜੀ ਨਾਲ ਕੀ ਗੱਲ ਹੋਈ, ਗੁੱਸੇ ਹੋ ਗਿਆ ਜੀ? ਵੱਖਰੇ ਵੱਖਰੇ ਬੈਠੇ ਸੀ? ਨਹੀਂ ਮੈਂ ਉਹ ਰੋਟੀ ਜੀ ਬਣਾਈ ਤੇ ਮੈਂ ਮੁੜ ਉੱਥੇ ਬਹਿ ਗਈ, ਪਰ ਛਾਵੇਂ ਪਾਪਾ ਕਹਿੰਦਾ ਨਾ ਮੈਨੂੰ ਫੁਲਕੇ ਨਹੀਂ ਦਿੱਤੇ। ਨਹੀਂ ਖਾ ਲਿਆ, ਖਾ ਲਏ। ਹਾਂ ਚਾਹ ਨਹੀਂ ਦਿੱਤੀ ਹੋਣੀ ਫਿਰ? ਚਾਹ ਹੁਣ ਜਾਤੀ ਬਣਾਵਾਂ ਦੇ ਦਈਏ। ਅੱਛਾ ਠੀਕ। ਹਾਂ ਮਾਤਾ ਜੀ ਵੀ ਕਹਿੰਦੇ ਢਿੱਲੇ ਆ ਥੋੜ੍ਹੇ ਜਿਹੇ, ਕੀ ਹੋਇਆ ਮਾਤਾ ਜੀ, ਬੁਖਾਰ ਚੜ ਗਿਆ? ਹਾਂ ਬੁਖਾਰ, ਸਾਰਾ ਸਰੀਰ ਟੁੱਟ ਪਿਆ। ਦਵਾਈ ਲੈ ਦਈਏ? ਦਵਾਈ ਹੈਗੀ ਹੈ। ਅੱਛਾ ਠੀਕ ਹੈ, ਮਤਲਬ ਦਵਾਈ ਦੀ ਲੋੜ ਨਹੀਂ। ਚਲੋ ਠੀਕ ਹੈ, ਮਾਲਕ ਤੁਹਾਨੂੰ ਦਵਾਈ ਤੋਂ ਲੈ ਲੈਣੀ ਹੁੰਦੀ ਆ। ਸ਼ਹਿਰ ਤੋਂ ਨਾ ਜਾਵਣ ਜੋਗੀ ਤੇ ਨਾ ਕਰਨ ਜੋਗੀ। ਜੀ ਜੀ ਬਿਲਕੁਲ। ਇਹ ਕਿਸੇ ਬੰਨੇ ਕਰੋਨਾ ਹੀ ਨਹੀਂ ਲੱਗਣ ਦਿੰਦੀ, ਪਰ
ਪਿੰਡਾਂ 'ਚ ਬਾਪਾ ਜੀ ਕੋਈ ਕਰੋਨਾ ਨਹੀਂ ਹੈਗਾ ਖੁੱਲ੍ਹੀ ਦੇਖੋ ਕਿੰਨਾ ਥਾਂ ਖੁੱਲ੍ਹਾ ਇੱਥੇ ਕਰੋਨੇ ਨੇ ਕਿੱਥੇ ਆਉਣਾ ਕਰੋਨੇ ਨੇ ਡਰ ਜਾਣਾ ਇੱਥੇ ਨਹੀਂ ਡਰਦੀ ਡੁਰਦੀ ਕੋਈ ਨਹੀਂ ਇੱਥੇ ਆ ਸਾਰਿਆਂ ਟੀਕੇ ਲੱਗੇ ਪਏ ਨੇ ਨਹੀਂ ਉਹ ਤਾਂ ਫਿਰ ਲਾਉਣੇ ਹੀ ਪੈਣੇ ਨਾ ਹਾਂ ਹਾਂ ਤੋ ਮੈਂ ਤਾਂ ਵੀ ਪਿੰਡਾਂ 'ਚ ਕਰੋਨਾ ਹੋ ਜ਼ਿਆਦੇ ਬੀਬੀ ਕਹਿੰਦੇ ਮੈਂ ਮੇਰੇ ਧੱਕੇ ਮੈਨੂੰ ਧੱਕੇ ਨਾਲ ਟੀਕਾ ਲਵਾਇਆ ਕਰੋਨੇ ਵਾਲਾ ਸਾਰੀ ਦੁਨੀਆ ਲਵਾਈਏ ਤੇ ਇਹਨੂੰ ਕੀ ਹੋਣ ਡਿਆ ਹੈ ਨਾਲੇ ਬੀਬੀ ਫ੍ਰੀ ਲੱਗਦੇ ਹਾਂ ਹਾਂ ਇਹ ਕਿਹੜੇ ਪੈਸੇ ਲੱਗਣਾ ਪੈਸੇ ਲੱਗਦੇ ਹੁਣ ਤੇ ਫੇਰ ਤਾਂ ਹੀ ਲਵਾਈਏ ਨਾ ਖੈਰ ਗੱਲ ਆਪਾਂ ਵਾਪਸ ਉੱਧਰ ਆਉਨੇ ਆ ਕਿ ਅਕਾਲ ਚੈਨਲ ਦੇ ਉਹ ਪਰਿਵਾਰ ਇਹ ਪਰਿਵਾਰ ਵੀ ਸਾਡੇ ਪਰਿਵਾਰ ਨੇ ਜਿਨ੍ਹਾਂ ਨੂੰ ਉਸ ਸਮੇਂ ਲੋੜ ਸੀ ਤੇ ਅਕਾਲ ਚੈਨਲ ਦੀ ਟੀਮ ਇੱਥੇ ਪਹੁੰਚੀ ਇਹਨਾਂ ਨੂੰ ਰਾਸ਼ਨ ਵੀ ਮੁਹੱਈਆ ਕਰਾਇਆ ਗਿਆ ਪਾਪਾ ਜੀ ਉਹਨਾਂ ਨੂੰ ਬੈੱਡ ਗੱਦੇ ਵੀ ਜਿਹੜੇ ਯੂਕੇ ਤੋਂ ਇੱਕ ਭੈਣ ਜੀ ਆਏ ਸੀ ਉਹਨਾਂ ਨੇ ਸੇਵਾ ਕੀਤੀ ਸੀ ਤੇ ਉਹ ਦਿੱਲੀੋਂ ਸ਼ਾਇਦ ਆਪਣੀਆਂ ਵੱਡੀਆਂ ਗੱਡੀਆਂ ਦੇ ਵਿੱਚ ਸਮਾਨ ਲੈ ਕੇ ਆਏ ਸੀ ਤੇ ਇੱਥੇ ਸਾਨੂੰ ਸੀਗਾ ਕਿ ਪਾਪਾ ਜੀ ਉਹਨਾਂ ਨੂੰ ਬੈੱਡ ਦਿੱਤਾ ਜਾਵੇ ਗੱਦੇ ਰਾਸ਼ਨ ਤੇ ਦਵਾਈਆਂ ਦੀ ਜਿੰਨੀਆਂ ਸੇਵਾਵਾਂ ਸੀਗੀਆਂ ਉਹ ਇੱਥੇ ਤੱਕ ਵੀ ਪਹੁੰਚਾਈਆਂ ਗਈਆਂ ਇੱਕ ਵਾਰ ਫਿਰ ਮੈਂ ਕਹੂੰਗੀ ਤੇਜਿੰਦਰ ਭਾਅ ਜੀ ਨੂੰ ਕਿ ਇਹ ਮਕਾਨ ਜਿਹੜਾ ਘਰ ਜਿਹੜਾ ਦਿਖਾ ਦਿੱਤਾ ਜਾਵੇ ਜਿੱਥੇ ਬਜ਼ੁਰਗ ਹੁਣ ਰਹਿੰਦੇ ਨੇ ਸਕੂਨ ਦੇ ਵਿੱਚ ਨੇ ਖੁਸ਼ੀ ਦੇ ਵਿੱਚ ਨੇ ਸਰਦਾਰ ਗੁਰਦਾਸ ਸਿੰਘ ਜੀ ਚੱਕ ਪੰਡਾਲਾ ਪਿੰਡ ਹੈ ਜਿੱਥੇ 5 ਘਰਾਂ ਦੀ ਸੇਵਾ ਅਕਾਲ ਚੈਨਲ ਵੱਲੋਂ ਕਰਵਾਈ ਗਈ ਸੀਗੀ ਔਰ ਸਕੂਨ ਹੈ ਇਹਨਾਂ ਪਰਿਵਾਰਾਂ ਨੂੰ ਉਸ ਸਮੇਂ ਦੇ ਵਿੱਚ ਹਾਲਾਤ ਇੱਦਾਂ ਦੇ ਸੀ ਕਿ ਇਹ ਜਿਹੜਾ ਤੁਸੀਂ ਅੰਦਰ ਸਮਾਨ ਦੇਖ ਰਹੇ ਹੋ ਬਿਲਕੁਲ ਉਦੋਂ ਬਿਲਕੁਲ ਪਾਣੀ ਜਿੱਦਾਂ ਕਿ ਪਾਪਾ ਜੀ ਨੇ ਦੱਸਿਆ ਗੁਰਦਾਸ ਸਿੰਘ ਜੀ ਨੇ ਕਿ ਪਾਣੀ 9-9 ਫੁੱਟ ਮਤਲਬ ਛੱਤਾਂ ਤੱਕ ਪਾਣੀ ਪਹੁੰਚ ਗਿਆ ਸੀ ਅਤੇ ਘਰ ਕੀ ਬਚਣੇ ਸੀ ਬੰਦੇ ਬਚਣ ਬੜੀ ਮੁਸ਼ਕਲ ਨਾਲ ਇਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ ਔਰ ਅਗਲੇ ਪਰਿਵਾਰਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਲੁਗੀਆਂ ਖਾਸ ਦਾ ਪਿੰਡ ਚੱਕ ਵਡਾਲਾ ਦਾ ਤੀਜਾ ਘਰ ਹੈ ਜਿਹੜਾ ਕਿ ਮੁੜ ਵਸੇਬੇ ਦੇ ਵਿੱਚ ਅਕਾਲ ਚੈਨਲ ਵੱਲੋਂ ਇਹਨੂੰ ਵੀ ਦੁਬਾਰਾ ਇਸ ਘਰ ਨੂੰ ਵਸਾਇਆ ਗਿਆ ਸੀ ਘਰ ਬਣਾਇਆ ਗਿਆ ਸੀ ਔਰ ਇਹ ਘਰ ਜਿਹੜਾ ਹੈਗਾ ਸਰਦਾਰ ਮੱਖਣ ਸਿੰਘ ਪਰ ਜਿਹੜੇ ਕਿ ਹੁਣ ਸਵਰਗਵਾਸੀ ਹੋ ਚੁੱਕੇ ਨੇ ਕੁਝ ਸਮਾਂ ਪਹਿਲਾਂ ਉਹਨਾਂ ਦਾ ਦੇਹਾਂਤ ਹੋ ਗਿਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨੀ ਲਾਵੇ ਸਰਦਾਰ ਮੱਖਣ ਸਿੰਘ ਜੀ ਦਾ ਦੇਹਾਂਤ ਹੋ ਚੁੱਕਿਆ ਔਰ ਮਾਤਾ ਜੀ ਜਿਹੜੇ ਨੇ ਉਹ ਅੰਦਰ ਬੈਠੇ ਨੇ ਉਹ ਵੀ ਜਿਹੜੇ ਇਲਾਜ ਨੇ ਤਕਲੀਫ 'ਚ ਨੇ ਉਮਰ ਦੇ ਹਿਸਾਬ ਨਾਲ ਬੁਢਾਪਾ ਜਦੋਂ ਆ ਜਾਂਦਾ ਤਾਂ ਉਦੋਂ ਸਰੀਰ ਕਾਬੂ 'ਚ ਨਹੀਂ ਰਹਿੰਦਾ ਉਹ ਜਿਹੜਾ ਪਹਿਲੇ ਸਮੇਂ ਦੇ ਵਿੱਚ ਜੋਸ਼ ਹੁੰਦਾ ਉਹ ਨਹੀਂ ਰਹਿੰਦਾ ਸੋ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਦੁੱਖ ਹੁੰਦਾ ਇੱਕ ਤਾਂ ਮਾਤਾ ਜੀ ਦਾ ਸਾਥ ਜਿਹੜਾ ਉਹਨਾਂ ਦੇ ਪਤੀ ਵੱਲੋਂ ਸਰਦਾਰ ਵੱਲੋਂ ਉਹ ਚਲੇ ਗਏ ਨੇ ਉਹ ਦੁਖਾਂਤ ਵੀ ਹੈਗਾ ਕੁਛ ਠੀਕ ਵੀ ਨਹੀਂ ਹੈਗੇ ਉਹਨਾਂ ਦੀ ਸਿਹਤ ਗੱਲ ਕਰ ਰਹੇ ਸੀਗੇ ਸਰਦਾਰ ਮੱਖਣ ਸਿੰਘ ਦਾ ਘਰ ਹੈ ਜਿਹੜਾ ਕਿ ਅਕਾਲ ਚੈਨਲ ਵੱਲੋਂ NRI ਦੇ ਹੈਲਪਸ ਦੇ ਨਾਲ ਬਣਾਇਆ ਗਿਆ ਸੀ ਜਦੋਂ ਹੜ੍ਹ ਆਇਆ ਸੀ ਚੱਕ ਬਡਾਲਾ ਪਿੰਡ ਨੂੰ ਜਿਹੜਾ ਹੈ ਮੁੜ ਵਸੇਬੇ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਕਿ ਜਿਹੜੇ ਘਰਾਂ ਨੂੰ ਜ਼ਰੂਰਤ ਹੈਗੀ ਹੈ ਔਰ ਉਸ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ BG ਇਕੱਲੇ ਨੇ ਸਰਦਾਰ ਮੱਖਣ ਸਿੰਘ ਜਿਹੜੇ ਨਹੀਂ ਰਹੇ ਬਾਕੀ ਪਰਿਵਾਰਕ ਮੈਂਬਰ ਪੁੱਤ ਹੈਗਾ ਉਸ ਸਮੇਂ ਦਿਹਾੜੀ ਆਪਣੀ ਕੰਮ 'ਤੇ ਗਿਆ ਹੋਇਆ ਨੂੰਹ ਜਿਹੜੀ ਹੈ ਉਹ ਵੀ ਕੰਮ ਕਰਦੀ ਹੈ ਮਾਤਾ ਜੀ ਤੁਸੀਂ ਦੇਖ ਸਕਦੇ ਹੋ ਕਿ ਦੁਖੀ ਨੇ ਆਪਣਾ ਦਰਦ ਬਿਆਨ ਕਰ ਰਹੇ ਨੇ ਅਸੀਂ ਦਰਦ ਵਡਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜਿਹੜਾ ਸਾਥ ਹਮਸਫ਼ਰ ਨਹੀਂ ਦੇਣਾ ਹੁੰਦਾ ਇਸ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਉਹ ਸਾਥ ਨਹੀਂ ਰਿਹਾ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਮਾਤਾ ਜੀ ਪਾਪਾ ਜੀ ਨੂੰ ਕੀ ਹੋ ਗਿਆ ਮਕਾਨ ਬਣਦਾ ਪਿਆ ਸੀਗਾ ਹੜ੍ਹ ਆਏ ਸੀਗੇ ਉਦੋਂ ਵੀ ਉਹਨਾਂ ਦੀ ਹਾਲਾਤ ਠੀਕ ਨਹੀਂ ਸੀ ਨਾ ਦਵਾਈ ਦੇ ਕੇ ਗਏ ਸੀਗੇ ਤੁਹਾਨੂੰ ਕੀ ਦੁੱਖ ਤਕਲੀਫ ਆ ਮੈਨੂੰ ਮੇਰੇ ਬੁਰੇ ਹਾਲ ਨੇ ਦਿਹਾੜੀ ਕੋਈ ਕਰੇ ਕਿਰਤ ਕਰਕੇ ਖਾਣਾ ਓਹਦੇ ਵਰਗੀ ਕੋਈ ਰੀਸ ਨੀ ਗੇ ਜੀ ਬਿਲਕੁਲ
और ये सरदार मखण सिंह का घर है, सुरगवासी मखण सिंह, तुसी देख सकते हो इत्थे भी सेवा अकाल चैनल वालों एक मकान मुड़ सेबे लिए बनाया गया सी। और मखण सिंह का एक बेटा है जिदे वास्ते एक उधर दूजे बन्ने मकान बनाया गया सी, आपां उधर भी चलते हैं। बिंदर सिंह का मकान है, मखण सिंह का बेटा है जिदा एक वक्रा मकान बना के दिता गया सी क्योंकि पापा जी तो बीजी उधर रेंदे सीगे तो परिवारक मैंबर ज़्यादा सी, इस करके उन्होंने उन्हों का घर बना के दिता गया सी। उस समय जो हड़ आया सीगा तो बहुत माड़े हालात सीगे भैन जी उदों, तो गल पहले करते हैं, बहुत माड़ा होया, पापा जी चले गए ने अपना जीवन साथी नू छड़ के, परिवार नू छड़ के। हाँ जी चले गए, उन्होंने हो गए ने अपने साल डेढ़ हो गया चले गए, मौत हो गई सी। हाँ जी अपने दवाई नहावन करके इलाज नहीं होया गरीबी कारण। दवाई दारू इनू अगां पिछे ले जाना, टॉयलेट ले जाना, बाथरूम कराना, ते बस इहदा असीं सेवा रोटी पानी असीं देने इनू। हां जी तुहाडा फर्ज बणदा है क्योंकि मापे इसे इस समय कहते होंगे लोड़ होंगी सब तो ज़्यादा, वो घाटा नहीं पूरा कर सकते, इस समय ताड़ी उन्होंने जरूरत है, मिठे दो शब्द उन्होंने को बैठ के जड़े उन्होंने सुकून मिल जाए। और ये मकान है जोड़ा चौथा मकान हैगा इस पिंड का, चक बंडाला पिंड का चौथा घर हैगा, जोड़ा हड़ समय घरों बेघर हो गए से, परिवार बच्चे बार बुरे हालातों के और नौ नौ दस दस फुट कित सत सत फुट पानी से और कित दस फुट तो भी उपर पानी से क्योंकि ये कोई थान नीवे ही सके, इस करके भर्ती पा के भविख देखद्या हुए ये घर जड़े बहुत उच्चे बनाए गए कि परमात्मा ना करे कि आने वाले समय से कोई इदा की घटना या कोई हादसे इदा के दोबारा हो, इस करके इन्हों पहले ही जरा प्रोटैक्ट कर लिया जाए। तो उदो डंगर भी सारे रुड़ गए सी, फसल कुछ भी नहीं बचे ना, मैं देखा सीगा कि इतने तंबू ला के बुरे हाल से ना। हाँ दो तंबू लगे सी, एक इधर से बाबू का तो इधर साढ़ा सी, इतने असी रेंदे सी। हुण फिर मकान बनन तो बाद हुण तां सुकून है। हाँ हुण बहुत सुख ते शांति नाल रही जांदे इत्थे वधिया, नाले परमेश्वर की प्रार्थना करदे आ, नाले चर्च जांदे आ। हाँ ना उस वाहेगुरु का करो जिन्हें जिंदगी बख्शी उस समय दे विच, ते अकाल चैनल ते पूरे साध संगतां जिहड़ियां कि वाहेगुरु नूं मानदियां ने, गुरु पातशाह नूं मानदियां ने, गुरु ग्रंथ साहिब नूं मानदियां ने, असीं असीं बहुत ही शीश उन्हां नूं दिंदे हां भी उन्हां दे बच्चे सुख शांति दे नाल रहण, ते उन्हां दे घर च सुख सलामती बनी रहे, असीं इहो ही दुआ करदे हां उन्हां दे लई। हाँ गुरु तुहानूं समत बख्शे, अपने चरणां नाल लावे, और जिहड़े परिवारां ने सेवावां भेजियां ने चैनल दे माध्यम दे रान, उन्हां नूं वी परमात्मा उन्हां दीआं कमाईआं च वी बरकतां पावे। साडी इहो ही दुआ प्रभु दे अगे, असीं तां बहुत ही रब दा धन्नवाद करदे आ, साडे कोल तां ना इन्नी पहुँच सी मकानां जोगी, ना साडे कोल इन्ने पैसे हैगे सी वी असीं मकान बना सकदे सी, इक साडे कोल मकान वी नहीं बनना सी, साडे हुण परमेश्वर ने तिन्न मकान बनाते ने उन्हां दी सेवा दे राहीं, प्रभु दा बहुत धन्नवाद। तो उन्होंने जिन संगत ने सेवा भेजी है उन्होंने भी धन्यवाद करते हैं। धन्यवाद नानक सिंह के घर के मौजूद आ, उन्होंने परिवारक मैंबर इतने ने, और नानक सिंह जी सरदार नानक सिंह जी इस समय घर नहीं है, हो सकता साढ़े गल करद इतने पहुँच जाए, उन्होंने भी गलबात करा। और ये पंजवां घर है जिहड़ा कि उस समय बनाया गया सीगा अकाल चैनल की सेवा वालों, टीम इत्थे भी पहुंची सी। और ये वो पिंड तुसी देख सकते हो कि सारे पिंड दे विच हालात वाकई बहुत उस समय सारी दुनिया नू पता है, वर्ल्ड वाइड जिहड़ियां न्यूज़ जांदियां सी कि उदो की हाल हो चुके सी, निक्के निक्के बच्चे घरों बेघर हो चुके सी, और परिवार दे सिर्फ बजुर्ग जे कि पानी घट सीगा तो अपने छत्तां ते सी, बाकी सारियां नू बन्नां ते जाके सेव किया गया सी, और इत्थे जिहड़े हालात बयान नहीं किए जा सकते। और उस समय यह पंजवां सीगा जिहदी सेवा अकाल चैनल दे परिवार ने चक्की सी, और इस समय यह घर जिहड़ा है बन के तैयार है, और पिछले दो सालों तो यह परिवारक मैंबर ये पक्के मकानां दे विच रह रहे ने। बी जी किदां दा लगदा हुण? खुश हाँ, असी तो पछाण लिया सी पहले, सानू पछाण लिया। कि
की कहना चाहते हो संगत ने सेवा की मकान जो मिले उन्होंने धन्यवाद करने जहाँ गरीबा का कुछ सोचा है सेहत भी ठीक नहीं ना तू भी अकाल चैनल वालों जी मेडिसन जो पूरा ट्रीटमेंट दिता गया हाँ दवा देंदे रहे से आके हूँ ठीक ठाक है शुक्र है मालक का और इधर नौ राणी है ना नानक बाबे नानक दी जी बाबा नानक मुँह चो निकल गया वाहगुरु नानक नाम रखिया तो अगे बाबा जी आ जाता मुँह चो बाबे नानक का गुरपुरब भी आने वाला थोड़े दिन तक जी भैन जी कि लग रहा हूँ सानू बहुत वधिया लग रहा है साढ़े पक्के मकान असी पहला कच्चियां च रहिंदे साढ़े जो डिग गए सी पानी आउण कारण हुण साढ़े पक्के हो बन गए आ अकाल चैनल टीम ने बहुत वड्डा साढ़े ते एहसान किया मालक इन्हां नूं अगे तो ही पादू दिंदा रहे जो लेंटर पिया तो बड़ी खुशी से लंगर बन रहे थे तो उत्थे तंबू लाया हुआ से सामने जो संगत देख रही ने कच्चा मकान है ना कच्चा कच्चा हाँ जी सारे दुख दा समा कढ लिया सीगा बच्चे भी हुण सकून च ने पक्के मकान ने क्योंकि जिंदगी दुबारा शुरू करनी बहुत औखी हुंदी है औखी है जी सानू बहुत वधिया लग रहा है और धन्यवाद जी थोड़ा भी और ये परिवार ने जिहड़े हुण राजी खुशी अपने घर वस रहे ने सरदार नानक सिंह का घर है परिवार है दो मकान बनाए गए थे उस समय भावें सपने एक बार ढह गए सी पर कोशिशां और परमात्मा की रहमत दे नाल सारयां दी दे नाल सच्चे पातशाह ने इन्हां परिवारां नूं चन्नी लाया होया सीगा और ये परमात्मा नूं वाहिगुरू नूं हमेशा याद करदी सी ते बाहरले ओह भरा परिवार जिन्हां ने सेवावां ਦਾ ਬੇੜਾ ਚੱਕਿਆ ਅਤੇ ਕਾਲ ਚੈਨਲ ਦੇ ਮਾਧਿਅਮ ਰਾਹੀਂ ਇੱਥੋਂ ਤੱਕ ਸੇਵਾਵਾਂ ਪੁੱਜਦਾ ਕੀਤੀਆਂ ਗਈਆਂ ਉਹਨਾਂ ਸਾਰੇ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਅਤੇ ਇਹ ਪਰਿਵਾਰ ਜਿਹੜੇ ਨੇ ਆਪਣੀ ਜ਼ਿੰਦਗੀ ਦੁਬਾਰਾ ਜੀ ਰਹੇ ਨੇ ਖੁਸ਼ੀ ਦੇ ਨਾਲ ਸਕੂਨ ਦੇ ਨਾਲ ਔਰ ਉਹਨਾਂ ਸਾਰੇ ਪਰਿਵਾਰਾਂ ਦਾ ਇਹ ਵੀ ਪਰਿਵਾਰ ਧੰਨਵਾਦ ਕਰਦੇ ਨੇ